ਮਾਣ ਵਾਲੀ ਗੱਲ ਹੈ ਕਿ ਸਾਨੂੰ ਬਾਰਾ ਅਰਦਾਸ ਕਰਾਂ ਦੇ ਵਿੱਚ ਬੁਲਾਇਆ ਅਤੇ ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਅਰਦਾਸ ਕਰਾਂ ਦਾ ਹਿੱਸਾ। ਸਤਿ ਸ਼੍ਰੀ ਅਕਾਲ ਜੀ, ਦੇਸੀ ਚੰਦ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਫਿਲਮ ਆ ਰਹੀ ਹੈ ਅਰਦਾਸ ਕਰਾਂ, ਅਤੇ ਉਹਦੇ ਵਿੱਚ ਨਾ ਇਹ ਦੋ ਚਿਹਰੇ ਇਸ ਵਾਰ ਨਜ਼ਰ ਆਉਣਗੇ, ਸੀਮਾ ਕੌਸ਼ਲ ਮੈਮ ਅਤੇ ਗੁਰਪ੍ਰੀਤ ਪੰਗੂ ਮੈਮ। ਸਤਿ ਸ਼੍ਰੀ ਅਕਾਲ ਜੀ, ਦੇਸੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਨਾ, ਮੈਂ ਤੁਹਾਨੂੰ ਦੋਵਾਂ ਦਾ ਹੀ ਪੁੱਛਾਂਗੀ, ਤੁਸੀਂ ਕੀ ਖਾਂਦੇ ਹੋ ਜਿਹੜੇ ਹਰ ਟਾਈਮ ਨਾ ਐਨਰਜੈਟਿਕ ਰਹਿੰਦੇ ਹੋ? ਮੈਂ ਤੁਹਾਨੂੰ ਦੋਨਾਂ ਨੂੰ ਨਾ ਬਸ ਇੱਦਾਂ ਹੀ ਦੇਖਦੀ ਹਾਂ, ਸਮਾਈਲ ਅਤੇ ਐਨਰਜੀ। ਬੇਟਾ ਮੈਨੂੰ ਖਾਂਦੇ ਤਾਂ ਅਸੀਂ ਕੋਈ ਐ ਨਹੀਂ ਐਕਸਟਰਾ, ਪਰ ਜਿਹੜੀ ਅੰਦਰ ਦੀ ਵਿਲ ਪਾਵਰ ਹੈ ਨਾ, ਜਾਂ ਤੁਹਾਡਾ ਕੰਮ ਕਰਨ ਦਾ ਸ਼ੌਕ ਹੈ, ਉਹ ਬੰਦੇ ਦਾ ਹੋਣਾ ਚਾਹੀਦਾ, ਉਹੀ ਟਿਕਣ ਨਹੀਂ ਦਿੰਦਾ। ਅਤੇ ਜੇ ਇੱਕ ਆਰਟਿਸਟ ਐਨਰਜੈਟਿਕ ਨਹੀਂ ਹੋਊਗਾ ਤਾਂ ਫਿਰ ਉਹ ਕੰਮ ਕੀ ਕਰੂਗਾ, ਮੇਰਾ ਮੰਨਣਾ ਇਹ ਹੈ। ਜੀ ਨਾਲ ਨਾਲ ਸਾਡੀ ਖੁਰਾਕ ਇਹ ਹੈ ਵੀ ਤੁਹਾਡਾ ਲੋਕਾਂ ਦਾ ਪਿਆਰ ਮਿਲ ਰਿਹਾ, ਇਹੀ ਖਾ ਰਿਹਾ ਪਿਆਰ ਤਾਂ ਹਮੇਸ਼ਾ ਨਾ ਤੁਹਾਡੇ ਨਾਲ ਰਹਿਣਾ। ਅਤੇ ਵੈਲ ਹੁਣ ਅਸੀਂ ਗੱਲ ਕਰੀਏ ਅਰਦਾਸ ਕਰਾਂ ਦੀ, ਅਤੇ ਮੈਮ ਜਦੋਂ ਅਰਦਾਸ ਆਈ ਸੀਗੀ ਨਾ, ਸਾਰਿਆਂ ਦੇ ਜ਼ੁਬਾਨ 'ਤੇ ਇੱਕੋ ਸ਼ਬਦ ਸੀਗਾ, ਯਾਰ ਕਿਆ ਮੂਵੀ ਆਈ ਹੈ, ਕਿਉਂਕਿ ਇੱਕ ਲੀਕ ਤੋਂ ਹਟ ਕੇ ਫਿਲਮ ਲਿਆ ਕੇ, ਔਰ ਉਹ ਵੀ ਇੱਦਾਂ ਦੀ ਫਿਲਮ ਜਿੱਦਾਂ ਦਾ ਕਦੀ ਕੰਸੈਪਟ ਮਾਰਕੀਟ 'ਚ ਆਇਆ ਹੀ ਨਹੀਂ। ਬਿਲਕੁਲ ਜੀ, ਗੱਲ ਇਹ ਹੈ ਕਿ ਅਰਦਾਸ ਅਸੀਂ ਇਹੀ ਹੈ ਕਿ ਸਾਡੀ ਕੋਸ਼ਿਸ਼ ਵੀ ਹੈ, ਕੋਸ਼ਿਸ਼ ਨਹੀਂ ਸਾਨੂੰ ਯਕੀਨ ਵੀ ਹੈ ਕਿ ਜਦੋਂ ਅਰਦਾਸ ਆਈ ਸੀ ਤਾਂ ਹਰ ਬੰਦੇ ਨੇ ਮੇਰੇ ਖਿਆਲ ਪੰਜ ਛੇ ਛੇ ਵਾਰ ਦੇਖੀ, ਹੁਣ ਵੀ ਜੇ ਕਦੇ ਆ ਜਾਵੇ ਮੈਨੂੰ ਲੱਗਦਾ ਕੋਈ ਮਿਸ ਨਹੀਂ ਕਰਦਾ, ਹੁਣ ਵੀ ਚੈਨਲ ਵਗੈਰਾ 'ਤੇ ਆਉਂਦੇ ਹੈ ਤਾਂ ਜ਼ਰੂਰ ਦੇਖਦੇ ਹੈ। ਸੋ ਅਰਦਾਸ ਕਰਾਂ ਉਹਦੇ ਬਰਾਬਰ, ਜੇ ਬਰਾਬਰ ਵੀ ਆਉਂਦੀ ਹੈ ਤਾਂ ਫਿਲਮ ਤੁਸੀਂ ਆਪ ਹੀ ਸੋਚ ਸਕਦੇ ਹੋ ਕਿੰਨੀ ਸੋਹਣੀ ਹੋਊਗੀ, ਪਰ ਇਹ ਲੈਵਲ ਉਸ ਤੋਂ ਵੀ ਉੱਪਰ ਹੋਊਗਾ, ਇਹ ਅਸੀਂ ਤੁਹਾਨੂੰ ਯਕੀਨ ਨਾਲ ਕਹਿੰਦੇ ਹਾਂ ਕਿ ਫਿਲਮ ਹਸਾਊਗੀ ਵੀ ਅਤੇ ਥੋੜ੍ਹਾ ਰੁਆਊਗੀ ਵੀ, ਅਤੇ ਬਾਕੀ ਜਿਹੜੇ ਸਾਡੇ ਕਰੈਕਟਰ ਨੇ ਉਹ ਸਾਰੇ ਤੁਹਾਨੂੰ ਜ਼ਿਆਦਾਤਰ ਵੱਖਰੇ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਉਣਗੇ, ਅਤੇ ਉਹ ਸਾਰੇ ਦੇ ਸਾਰੇ ਕਰੈਕਟਰ, ਮੈਂ ਸਭ ਦਾ ਨਾਮ ਨਹੀਂ ਲੈ ਰਹੀ। ਅਤੇ ਦੂਜੀ ਗੱਲ ਇਹ ਹੈ ਕਿ ਸਾਡਾ ਦੋਨਾਂ ਦਾ ਥੋੜ੍ਹਾ ਥੋੜ੍ਹਾ ਕੰਮ ਹੈ, ਪਰ ਥੋੜ੍ਹਾ ਕਹਿੰਦੇ ਨੇ ਨਾ ਕਿ ਗਾਗਰ 'ਚ ਸਾਗਰ ਵਾਲੀ ਗੱਲ ਹੈ, ਸਾਡੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਹੰਬਲ ਮੋਸ਼ਨ ਪਿਕਚਰ ਨੇ ਦੁਬਾਰਾ ਅਰਦਾਸ ਕਰਾਂ ਦੇ ਵਿੱਚ ਬੁਲਾਇਆ, ਅਤੇ ਇਸ ਤੋਂ ਉੱਪਰ ਸਾਡੇ ਲਈ ਮਾਣ ਵਾਲੀ ਗੱਲ ਹੋ ਨਹੀਂ ਸਕਦੀ। ਸੋ ਗੱਲ ਇਹ ਹੈ ਕਿ ਜਦੋਂ ਕੋਈ ਫਿਲਮ ਦੇ ਵਿੱਚ ਵਧੀਆ ਟੀਮ ਜੁੜੀ ਹੋਵੇ ਅਤੇ ਉਹ ਗੁਲਦਸਤਾ ਹੋਵੇ ਤਾਂ ਫਿਰ ਉਹ ਜਿਹੜੇ ਫੁੱਲ ਰੰਗ ਬਿਰੰਗੇ ਨੇ ਉਹ ਆਪਣੀ ਆਪਣੀਆਂ ਖੁਸ਼ਬੂ ਛੱਡ ਹੀ ਜਾਂਦੇ ਨੇ। ਅਤੇ ਦੂਜੀ ਗੱਲ ਇਹ ਹੈ ਕਿ ਇਹ ਪੂਰੀ ਟੀਮ, ਗਿੱਪੀ ਗਰੇਵਾਲ ਜੀ ਜਿਹੜੇ ਡਾਇਰੈਕਟਰ ਵੀ ਨੇ ਅਤੇ ਨਾਲ ਰਾਣਾ ਰਣਵੀਰ ਜੀ ਅਤੇ ਗਿੱਪੀ ਦੋਨੋਂ ਰਾਈਟਰ ਵੀ ਨੇ, ਬਲਜੀਤ ਦਿਓ DOP ਨੇ, ਅਤੇ ਬਾਕੀ ਪੂਰੀ ਟੀਮ ਜਿਹੜੀ ਸਾਡੀ ਹੈ, ਅਤੇ ਸਾਡੇ ਛੋਟੇ ਬੱਚੇ ਗੁਰਪ੍ਰੀਤ, ਆਪਣੇ ਅਛਿੰਦਾ ਜੂਨੀਅਰ ਗਿੱਪੀ ਗਰੇਵਾਲ, ਇਹਨਾਂ ਦਾ ਕੰਮ ਤੁਸੀਂ ਦੇਖੋਗੇ ਕਿਉਂਕਿ ਹੁਣ ਗਿੱਪੀ ਗਰੇਵਾਲ ਤਾਂ ਕਰਦੇ ਹੀ ਹੈ ਅਤੇ ਨਾਲ ਹੁਣ ਜੂਨੀਅਰ ਗਿੱਪੀ ਗਰੇਵਾਲ ਵੀ ਕਰਨਗੇ, ਬਹੁਤ ਐਕਟਿਵ ਹੈ। ਅਤੇ ਬਾਕੀ ਦੂਜੇ ਹੋਰ ਜਿਹੜੇ ਬੱਚੇ ਨੇ ਬਾ ਕਮਾਲ ਕੰਮ ਕੀਤਾ ਹੈ, ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਆਰਟਿਸਟ ਜਿਹੜਾ ਕਹੀਏ ਕਿ ਉਸਦਾ ਕੰਮ, ਹਰ ਇੱਕ ਦਾ ਤੁਸੀਂ ਜਦੋਂ ਫਿਲਮ ਅਰਦਾਸ ਕਰਾਂ ਦੇਖੋਗੇ ਇਹ ਕਹੋਗੇ ਕਿ ਕਮਾਲ ਹੈ, ਸਾਰੇ ਆਰਟਿਸਟਾਂ ਨੇ ਇੰਨਾ ਸੋਹਣਾ ਕੰਮ ਕੀਤਾ, ਅਸੀਂ ਖੁਦ ਐਕਸਾਈਟਿਡ ਹਾਂ। ਅਤੇ ਬਾਕੀ ਤਾਂ ਤੁਹਾਨੂੰ ਮੈਂ, ਕਿਉਂਕਿ ਜਿਹੜੀ ਪਹਿਲੀ ਅਰਦਾਸ ਸੀ ਉਹਦੇ ਵਿੱਚ ਮੇਰਾ ਕਰੈਕਟਰ ਸੀ ਘੁੱਗੀ ਦੀ ਮਦਰ ਦਾ, ਅਤੇ ਮੈਂ ਜਿੱਦਾਂ ਦੇ ਡਾਇਲੋਗ ਸੀ ਜਾਵਾਂ ਮੈਨੂੰ ਲੱਗਦਾ ਸੀ ਮੇਰਾ ਨੈਗੇਟਿਵ ਕਰੈਕਟਰ ਹੈ, ਪਰ ਜਦੋਂ ਮੈਂ ਉਹਦੇ 'ਚ ਮੈਨੂੰ ਵੈਰੀਏਸ਼ਨ ਵੀ ਮਿਲੀ, ਕਿਉਂਕਿ ਐਂਡ ਦੇ ਉੱਤੇ ਮੈਂ ਘੁੱਗੀ ਨੂੰ ਕਹਿੰਦੀ ਹਾਂ ਵੀ ਪੁੱਤ ਮੈਂ ਤੇਰੀਆਂ ਧੀਆਂ ਨੂੰ ਅਪਣਾ ਲਿਆ, ਤੂੰ ਆ ਜਾ, ਉਹਦੇ ਵਿੱਚ ਕਿੰਨੇ ਸੋਹਣੇ ਇਹ ਮੈਸੇਜ ਆਉਂਦੇ ਆ ਸਮਾਜ ਦੇ, ਨੈਗੇਟਿਵ ਪੋਜ਼ਿਟਿਵ, ਅਤੇ ਇਹਦੇ ਵਿੱਚ ਵੀ ਬਹੁਤ ਵੱਡਾ ਮੈਸੇਜ ਹੈ। ਅਤੇ ਜਦੋਂ ਮੈਨੂੰ ਇੱਧਰੋਂ ਮੈਸੇਜ ਗਿਆ ਕਿ ਮੈਡਮ ਤੁਹਾਨੂੰ ਕੰਮ ਕਰਾਉਣਾ, ਅਤੇ ਕੰਮ ਤਾਂ ਭਾਵੇਂ ਇਹਦੇ ਵਿੱਚ ਛੋਟਾ ਪਰ ਮੇਰੇ ਲਈ ਛੋਟਾ ਨਹੀਂ, ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਅਰਦਾਸ ਕਰਾਂ ਦਾ ਹਿੱਸਾ, ਕਿਉਂਕਿ ਬਹੁਤ ਅੱਛਾ ਕਰੈਕਟਰ ਹੈ, ਛੋਟਾ ਕਰੈਕਟਰ ਹੈ ਤਾਂ ਅੱਛਾ ਕਰੈਕਟਰ ਹੈ, ਕਰੈਕਟਰ ਵੱਡੇ ਛੋਟੇ ਦੀ ਗੱਲ ਨਹੀਂ ਹੁੰਦੀ, ਕਰੈਕਟਰ ਅੱਛਾ ਹੋਣਾ, ਨੋਟਿਸ ਹੋਣਾ ਬਹੁਤ ਜ਼ਰੂਰੀ ਹੈ। ਜਿੰਨੇ ਵੀ ਇਹਦੇ ਵਿੱਚ ਐਕਟਰ ਨੇ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ, ਅਤੇ ਮੈਂ ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਅਰਦਾਸ ਕਰਾਂ ਦਾ ਹਿੱਸਾ। ਅਤੇ ਬੇਟੇ ਇਹਦੇ ਵਿੱਚ ਜਿਵੇਂ ਮੈਂ ਤੋਂ ਪਹਿਲਾਂ ਸੀਮਾ ਜੀ ਦੱਸ ਚੁੱਕੇ ਨੇ ਵੀ ਇਹਦੇ ਵਿੱਚ ਹੱਸਣਾ ਵੀ ਹੈ, ਇਹਦੇ ਵਿੱਚ ਰੋਣਾ ਵੀ ਹੈ, ਕਿਉਂਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਹਾਸੇ ਵੀ ਨੇ ਅਤੇ ਇਮੋਸ਼ਨਜ ਵੀ ਨੇ, ਅਤੇ ਵੱਡੀ ਗੱਲ ਇਹ ਹੈ ਕਿ ਇਸ ਫਿਲਮ ਦੇ ਵਿੱਚ ਬਹੁਤ ਵੱਡੇ ਮੈਸੇਜ ਵੀ ਨੇ। ਪਿਛਲੀ ਫਿਲਮ 'ਚ ਵੀ ਬਹੁਤ ਸਾਰੇ ਮੈਸੇਜ ਸੀਗੇ, ਨਸ਼ੇ ਦਾ ਸੀਗਾ, ਫਿਰ ਫਿਟੀਸਾਈਡ ਦਾ ਸੀਗਾ, ਵਿਛੋੜੇ ਦਾ ਸੀਗਾ, ਇਸ ਫਿਲਮ ਦੇ ਵਿੱਚ ਕੀ ਮੈਸੇਜ? ਇਹਦੇ ਵਿੱਚ ਵੱਡੀ ਗੱਲ ਇਹ ਹੈ ਬੇਟੇ, ਜਿਵੇਂ ਤੁਸੀਂ ਹੁਣ ਇਹਦੇ ਚੈਪਟਰਾਂ 'ਚ ਤੁਸੀਂ ਬਹੁਤ ਕੁਛ ਦੇਖ ਲਓਗੇ, ਕਿਉਂਕਿ ਅੱਜ ਹੀ ਇਹਦਾ ਫਸਟ ਚੈਪਟਰ ਰਿਲੀਜ਼ ਹੋਣ ਜਾ ਰਿਹਾ, ਜਿਹੜਾ ਕਿ 20 ਜੂਨ ਨੂੰ ਹੋਣਾ ਸੀ, ਅੱਜ ਗੁਰਪ੍ਰੀਤ ਘੁੱਗੀ ਦਾ ਬਰਥਡੇ ਹੈ, ਉਹਦੇ 'ਤੇ ਸਰਪ੍ਰਾਈਜ਼ ਦੇ ਰਹੇ ਆ, ਹੰਬਲ ਮੋਸ਼ਨ ਤੋਹਫਾ ਦੇ ਰਿਹਾ। ਇਹਦੇ ਵਿੱਚ ਮੈਸੇਜ ਇਹ ਹੈ ਬੇਟੇ, ਕਈ ਵਾਰੀ ਅਸੀਂ ਨਾ ਕਿਸੇ ਧਰਮ ਨੂੰ ਮੰਨਦੇ ਤਾਂ ਹਾਂ, ਪਰ ਉਹਦੀ ਕਹੀ ਹੋਈ ਗੱਲ ਨੂੰ ਨਹੀਂ ਮੰਨਦੇ, ਵਹਿਮਾਂ ਭਰਮਾਂ 'ਚ ਪੈਂਦੇ ਹਾਂ, ਅਤੇ ਵਹਿਮਾਂ ਭਰਮਾਂ ਨੂੰ ਨਿਖੇੜੂਗੀ ਇਹ ਫਿਲਮ ਕਿ ਸਾਨੂੰ ਇਹੋ ਜਿਹੇ ਵਹਿਮ ਭਰਮ ਨਹੀਂ ਕਰਨੇ ਚਾਹੀਦੇ, ਜਿਹੜਾ ਅੱਜ ਸਾਡੇ ਸਮਾਜ ਦਾ ਮੇਨ ਮੁੱਦਾ ਇਹ ਹੋਣਾ ਚਾਹੀਦਾ, ਕਿਉਂਕਿ ਵੱਡੇ ਪੜ੍ਹੇ ਲਿਖੇ ਲੋਕ ਵੀ ਵਹਿਮਾਂ ਭਰਮਾਂ 'ਚ ਪਈ ਜਾਂਦੇ ਨੇ, ਹਾਲਾਂਕਿ ਸਾਡਾ ਕੋਈ ਵੀ ਧਰਮ ਹੈ, ਜੇ ਅਸੀਂ ਇੱਕ ਅੱਧੀ ਲਾਈਨ 'ਤੇ ਜਿਵੇਂ ਮੈਂ ਤਾਂ ਗੁਰਬਾਣੀ ਦੀ ਗੱਲ ਕਰੂੰਗੀ, ਗੁਰੂ ਨਾਨਕ ਦੇਵ ਜੀ ਤੱਕ ਇਹੋ ਜਿਹੇ ਕਹਿ ਗਏ ਕਿ ਵੀ ਜਿਵੇਂ ਅਸੀਂ
ਕਿਸੇ ਵੀ ਚੀਜ਼ ਦਾ, ਉਹਨਾਂ ਨੇ ਹਰ ਚੀਜ਼ ਦਾ ਵਹਿਮ ਭਰਮ ਦਾ ਖੰਡਨ ਕੀਤਾ ਅਤੇ ਫਿਲਮ ਬਹੁਤ ਵੱਡਾ ਮੈਸੇਜ ਹੈ। ਹੰਬਲ ਮੋਸ਼ਨ ਪਿਕਚਰਸ ਦੀ ਫਿਲਮ ਆਉਂਦੀ ਹੈ ਨਾ, ਅਤੇ ਉਹ 'ਚ ਸਿਤਾਰਿਆਂ ਦੀ ਬਹਾਰ ਦੇਖਣ ਨੂੰ ਮਿਲਦੀ ਹੈ। ਮੰਜੇ ਬਿਸਤਰੇ ਹੋਏ, ਅਸੀਂ ਉਹ 'ਚ ਵੀ ਕਿੰਨੇ ਸਾਰੇ ਆਰਟਿਸਟ ਇੰਡਸਟਰੀ ਦੇ ਦੇਖੇ ਸੀਗੇ, ਅਤੇ ਜਦੋਂ ਇੰਨੀ ਸਾਰੀ ਵੱਡੀ ਟੀਮ ਨਾਲ ਕੰਮ ਕਰਦੇ ਨਾ, ਅਤੇ ਗਿੱਪੀ ਗਰੇਵਾਲ ਜੀ 'ਤੇ ਕਿੰਨਾ ਕੁ ਪ੍ਰੈਸ਼ਰ ਹੁੰਦਾ ਕਿ ਕੋਈ ਮੇਰੇ ਤੋਂ ਨਾਰਾਜ਼ ਨਾ। ਮੈਨੂੰ ਇਹ ਲੱਗਦਾ ਕਿ ਸਗੋਂ ਉਹ ਇਸ ਢੰਗ ਨਾਲ ਹੈਂਡਲ ਕਰਦੇ, ਉਦੋਂ ਇੱਕ ਉਹ ਇੱਕ ਡਾਇਰੈਕਟਰ ਹੁੰਦੇ ਨੇ, ਦੇਖੋ ਸਭ ਤੋਂ ਛੋਟਾ ਸਾਡਾ ਬੱਚਾ ਪਰ ਉਦੋਂ ਸਾਡਾ ਬੌਸ ਹੁੰਦਾ, ਕਿਉਂਕਿ ਉਹਦੇ ਅੰਦਰ ਨਾ ਜਜ਼ਬਾ ਐਡਾ ਹੁੰਦਾ, ਉਹਦੀ ਸੋਚ ਇੱਦਾਂ ਹੁੰਦੀ ਹੈ ਕਿ ਮੈਂ ਜਿਹੜੀ ਕਹਾਣੀ 'ਤੇ ਕੰਮ ਕਰ ਰਿਹਾ ਇਸ ਕਹਾਣੀ 'ਤੇ ਖਰਾ ਉਤਰਾਂ। ਬੇਟੇ ਬਿਲਕੁਲ ਵੀ ਨਹੀਂ, ਕੋਈ ਅਸੀਂ ਪ੍ਰੈਸ਼ਰ ਦੇਖੇ ਨਹੀਂ ਉਹਦੇ 'ਤੇ, ਸਿਰਫ ਇਹ ਹੁੰਦਾ ਹਾਰਡ ਵਰਕ ਡਿਸਿਪਲਨ। ਪ੍ਰੈਸ਼ਰ ਕਦੇ ਲੈਂਦੇ, ਕਿਉਂਕਿ ਉਹਨਾਂ ਦਾ ਪ੍ਰੈਸ਼ਰ ਕਿਉਂ ਨਹੀਂ ਲੈਂਦੇ, ਕਿਉਂਕਿ ਉਹ ਹੋਮਵਰਕ ਹੀ ਇੰਨਾ ਕਰ ਚੁੱਕੇ ਹੁੰਦੇ ਆ, ਪੂਰਾ ਵਰਕ ਹੁੰਦਾ ਇੱਕ, ਮਤਲਬ ਲਾਈਨ ਟੂ ਲਾਈਨ ਉਹਨਾਂ ਦਾ, ਉਹ ਸਾਰੀ ਬਲੋਕਿੰਗ ਪਹਿਲਾਂ ਹੀ ਸਾਰਾ ਕੁਛ ਉਹਨਾਂ ਦਾ ਮੈਨੇਜ ਹੁੰਦਾ, ਆਰਾਮ ਨਾਲ ਰਿਲੈਕਸ ਸੌਖਾ ਹੁੰਦਾ, ਕਿਉਂਕਿ ਆਰਟਿਸਟ ਨੂੰ ਪਤਾ ਹੁੰਦਾ ਅਸੀਂ ਸਗੋਂ ਉੱਥੇ ਇਹ ਰਿਲੈਕਸ ਹੁੰਦੇ ਹਾਂ ਵੀ ਉਹਨਾਂ ਦਾ ਕੰਮ ਕਰਵਾ ਹੀ ਲੈਣਾ ਕਰਵਾ ਲੈਣਾ। ਉੱਥੇ ਸਾਨੂੰ ਇਹ ਵੀ ਹੁੰਦਾ ਕਿ ਸਾਡੇ ਦਿਮਾਗ 'ਚ ਵੀ ਡਰ ਨਹੀਂ ਹੁੰਦਾ, ਪਰ ਅਸੀਂ ਇਹ ਹੁੰਦਾ ਕਿ ਵੀ ਨਹੀਂ ਸਾਨੂੰ ਦੱਸਿਆ ਜਾਵੇ, ਕਿਉਂਕਿ ਉਹ ਚਾਹੁੰਦੇ ਕੀ ਨੇ, ਕਿਉਂਕਿ ਸਾਨੂੰ ਹੁਣ ਵੈਸੇ ਤੱਕ ਪਤਾ ਵੀ ਲੱਗ ਗਿਆ, ਪਰ ਅਸੀਂ ਅੱਜ ਵੀ ਜਿੱਦਾਂ ਉਹਨਾਂ ਦੇ ਨਾਲ ਜਦੋਂ ਕੰਮ ਕਰਦੇ ਹਾਂ ਅੱਜ ਵੀ ਇੱਦਾਂ ਲੱਗਦਾ ਸੀ ਹੁਣ ਨਵੇਂ ਸਿਰੇ ਤੋਂ ਕੰਮ ਕਰਨਾ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇੰਨੇ ਕੁ ਕੰਸੈਪਟ ਜਾਂ ਕ ਛੁਪਿਆ ਹੁੰਦਾ ਕਿ ਵੀ ਮੈਂ ਕੀ ਕਰਾਉਣਾ, ਤਾਂ ਅਸੀਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਿਵੇਂ ਇਸ ਨੂੰ ਬੋਲੀਏ। ਈਵਨ ਅਸੀਂ ਇਹ ਵੀ ਬੋਲਦੇ ਹਾਂ ਮੈਂ ਕਿੰਨਾ ਕੁ ਰੋਣਾ, ਕਿੰਨਾ ਕੁ ਨਹੀਂ ਰੋਣਾ, ਇਸ ਕਰਕੇ ਉਹ ਵੀ ਅਸੀਂ ਪੁੱਛ ਕੇ ਕਰਦੇ ਹਾਂ। ਅਸੀਂ ਨਾ ਹੁਣ ਜਾਂਦੇ ਜਾਂਦੇ ਨਾ ਤੁਹਾਡੇ ਦੋਵਾਂ ਦੇ ਸਟਾਈਲ 'ਚ 19 ਜੁਲਾਈ ਨੂੰ ਫਿਲਮ ਆ ਰਹੀ ਹੈ ਕਹਿੰਦੇ। ਬਿਲਕੁਲ ਜੀ ਬਿਲਕੁਲ, ਪਿਆਰੇ ਦਰਸ਼ਕੋ ਮੈਨੂੰ ਪਤਾ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿਹੜੀ ਤਰੀਕ ਭਲਾ, 19 ਜੁਲਾਈ ਫਿਲਮ ਆ ਰਹੀ ਹੈ ਅਰਦਾਸ ਕਰਾਂ। ਇਹਨਾਂ ਨੇ ਤਾਂ ਕਹਿਤਾ ਹੈ 19 ਜੁਲਾਈ ਨੂੰ ਫਿਲਮ ਆ ਰਹੀ ਹੈ, ਅਤੇ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਜਿਹੜਾ ਸੋਹਣਾ ਜਿਹਾ ਪ੍ਰੋਜੈਕਟ ਲੈ ਕੇ ਤੁਹਾਡੇ ਰੂਬਰੂ ਆ ਰਹੇ ਨੇ ਉਹਨੂੰ ਤੁਸੀਂ ਨਾ ਬਹੁਤ ਜ਼ਿਆਦਾ ਪਿਆਰ ਜ਼ਰੂਰ ਦਿਓ, ਜਿਵੇਂ ਅਰਦਾਸ ਨੂੰ ਦਿੱਤਾ ਸੀਗਾ। ਅਤੇ ਅੱਜ ਲਈ ਇੰਨਾ ਹੀ ਜੀ, ਜਲਦੀ ਮਿਲਾਂਗੇ ਜੀ ਨਵੀਆਂ ਅਪਡੇਟਸ ਦੇ ਨਾਲ। ਗਾਇਨ ਮਹਾਜਨ ਨੂੰ ਇਜਾਜ਼ਤ, ਤੁਸੀਂ ਦੇਖਦੇ ਰਹੋ ਦੇਸੀ ਚੈਨਲ।